ਐਸਓਡੀ ਪ੍ਰੋਡਕਸ਼ਨ ਦਾ ਧਾਰਮਿਕ ਉਪਰਾਲਾ। ਮਤ ਕਰੋ ਚਿੰਤਾ, ਮਤ ਕਰੋ, ਨਾਨਕ ਚਿੰਤਾ ਮਤ ਕਰੋ। ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ। ਕਰਮ ਖੁੱਲੇ ਨੇ ਤੇ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋਈਆਂ ਨੇ। ਕੌਣ ਸੰਗਤ ਵਿੱਚ ਆਉਂਦਾ ਏ ਜਿਹਨੂੰ ਮੇਰੇ ਗੁਰੂ ਨਾਨਕ ਆਪ ਦਰਵਾਜ਼ਾ ਖੋਲਦੇ ਨੇ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮਿੱਠੇ ਲਾਗੇ। ਆਓ ਸਮਾਧੀਆਂ ਲਾਓ। ਦਸਰਿਆਂ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਬਲਦੇਵ ਸਿੰਘ ਜੀ ਸਤਿਗੁਰਾਂ ਦੀ ਗਿਆਨ ਰੂਪੀ ਸਾਗਰ ਵਿੱਚੋਂ ਇੱਕ ਪ੍ਰਕਰਨ ਤੁਹਾਨੂੰ ਸੁਣਾ ਰਹੇ ਸਨ ਵੀ ਚਿੰਤਾ ਨਹੀਂ ਕਰਨੀ। ਅਤੇ ਉਹ ਸਮਾਪਤੀ ਵੇਲੇ ਇਹ ਵੀ ਅਨਾਊਂਸ ਕਰ ਗਏ ਵੀ ਭਾਈ ਸਾਹਿਬ ਵੀ ਇਹੀ ਪ੍ਰਕਰਨ ਸੁਣਾਉਣ ਆਓ, ਮੈਂ ਵੀ ਉਸੇ ਪ੍ਰਕਰਨ ਨੂੰ ਤੁਹਾਨੂੰ ਸੁਣਾਵਾਂ। ਕਈ ਵਾਰ ਤੁਸੀਂ ਸੁਣਿਆ ਸਤਿਗੁਰਾਂ ਦੀ ਬਾਣੀ, ਜਿੰਨੀ ਵਾਰੀ ਸੁਣੀਏ ਓਨੀ ਵਾਰੀ ਆਨੰਦ ਆਉਂਦਾ ਹੈ। ਸਾਰੇ ਮਿਲ ਕੇ ਜਪਿਓ, ਕੋਈ ਰਸਨਾ ਬਾਂਝੀ ਨਾ ਰਹੇ। ਮਹਾਰਾਜ ਬਾਣੀ ਵਿੱਚ ਸੋਝੀ ਦਿੰਦੇ ਨੇ, ਕਹਿੰਦੇ ਚਿੰਤਤ ਹੀ ਦਿਸੈ ਸਭ ਹੋਏ। ਮੈਂ ਜਿਹਨੂੰ ਵੀ ਵੇਖਦਾ ਉਹਨੂੰ ਕੋਈ ਨਾ ਕੋਈ ਚਿੰਤਾ ਲੱਗੀ ਹੋਈ। ਕਿਸੇ ਨੂੰ ਬੱਚਿਆਂ ਦੀ ਚਿੰਤਾ ਹੈ, ਬੱਚਿਆਂ ਦਾ ਕੀ ਭਵਿੱਖ ਹੋਏਗਾ। ਕਿਸੇ ਨੂੰ ਮਾਂ ਬਾਪ ਦੀ ਚਿੰਤਾ ਹੈ, ਕਿਸੇ ਨੂੰ ਕਾਰ ਵਿਹਾਰ ਦੀ ਚਿੰਤਾ, ਤੇ ਕਿਸੇ ਨੂੰ ਰੋਜੀ ਰੋਟੀ ਦੀ ਚਿੰਤਾ ਜਿਹਨੇ ਰੱਬ ਭੁਲਾਇਆ। ਮਹਾਰਾਜ ਬਾਣੀ ਵਿੱਚ ਸੋਝੀ ਦਿੰਦੇ ਨੇ, ਉਹ ਕਹਿੰਦੇ ਧਰਤੀ ਤੋਂ ਲੈ ਕੇ ਅਸਮਾਨ ਤੱਕ, ਜਲਾਂ ਵਿੱਚ ਥਲਾਂ ਵਿੱਚ, ਜਿੰਨੇ ਵੀ ਜੀਵ ਰੱਬ ਜੀ ਨੇ ਧਰਤੀ 'ਤੇ ਭੇਜੇ ਨੇ ਨਾ, ਸਾਰਿਆਂ ਦੀ ਰੋਜੀ ਰੋਟੀ ਦੀ ਜ਼ਿੰਮੇਵਾਰੀ ਰੱਬ ਜੀ ਦੀ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਾਗੇ। ਜਿਹਨੇ ਤੈਨੂੰ ਸੰਸਾਰ ਵਿੱਚ ਭੇਜਿਆ ਏ, ਜਿਹਨੇ ਜੱਗ ਬਣਾਇਆ ਏ, ਉਹਨੂੰ ਚਿੰਤਾ ਤੇਰੇ ਕੋਲੋਂ ਕੀ ਕਰਾਉਣਾ ਤੇ ਤੈਨੂੰ ਕਿੰਨਾ ਦੇਣਾ ਹੈ। ਜਿੰਨਾ ਮਿਲਣਾ ਏ ਓਨਾ ਮਿਲ ਜਾਣਾ ਹੈ। ਜੋ ਸਾਡੇ ਕੋਲੋਂ ਰੱਬ ਨੇ ਕਰਾਉਣਾ ਉਹ ਅਸੀਂ ਕਰੀ ਜਾਣਾ ਹੈ। ਸਾਡੀ ਚਿੰਤਾ ਨਾਲ ਨਾ ਕੁਝ ਵੱਧਦਾ ਏ ਤੇ ਨਾ ਕੁਝ ਘਟਦਾ ਹੈ। ਸਾਡੀ ਚਿੰਤਾ ਨਾਲ ਕੁਝ ਵੀ ਨਹੀਂ ਹੁੰਦਾ, ਤੇ ਤਾਂ ਹੀ ਮਹਾਰਾਜ ਕਹਿੰਦੇ ਚਿੰਤਾ ਮਤ ਕਰੋ। ਮਤ ਕਰੋ ਚਿੰਤਾ, ਮਤ ਕਰੋ, ਮਤ ਕਰੋ ਚਿੰਤਾ, ਮਤ ਕਰੋ, ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ, ਚਿੰਤਾ ਤਿਸ ਮਤ ਕਰੋ ਚਿੰਤਾ, ਮਤ ਕਰੋ, ਮਤ ਕਰੋ ਚਿੰਤਾ, ਮਤ ਕਰੋ, ਨਾਨਕ ਚਿੰਤਾ।
करो। जल में जलत उपाय तिना पिरोजी दे, जल में जलत उपाय तिना पिरोजी दे। वो चिंता तीस है, चिंता तीस ही है, चिंता तीस ही है, चिंता तीस ही है। मत करो चिंता, मत करो, मत करो चिंता, मत करो। नानक चिंता मत करो। ना को किरस करे सौदा मूल ना हो गई, ना को ले न दे चिंता तीस ही है। चिंता तीस ही है, चिंता तीस ही है। मत करो चिंता, मत करो, मत करो चिंता, मत करो, मत करो चिंता, मत करो, मत करो चिंता, मत करो। नानक चिंता मत करो, ओ चिंता मत करो, 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 चिंता मत करो। मत करो चिंता, मत करो, मत करो चिंता, मत करो, मत करो चिंता, मत करो, मत करो चिंता, मत करो। नानक चिंता मत करो, चिंता मत करो, चिंता मत करो, चिंता मत करो, चिंता मत करो। जिया का आहार जी, आहार जी, खाना यो करे बिच्ची उपाय शायरा, तिना पिसार करे चिंता मत करो,
ਜੀਵ ਨੇ ਆਖਿਆ ਮਹਾਰਾਜ ਤੁਸੀਂ ਕਹਿੰਦੇ ਚਿੰਤਾ ਨਾ ਕਰਿਆ ਜੇ ਮੈਂ ਚਿੰਤਾ ਨਾ ਕਰਾਂਗਾ ਫਿਰ ਮੇਰਾ ਕਾਰ ਵਿਹਾਰ ਕਿਵੇਂ ਚੱਲੇ ਮੇਰਾ ਕਾਰ ਵਿਹਾਰ ਘਰ ਪਰਿਵਾਰ ਬੱਚੇ ਕਿੱਥੋਂ ਰੋਟੀ ਖਾਣਗੇ ਚਿੰਤਾ ਤੇ ਕਰਨੀ ਪੈਂਦੀ ਹੈ ਤੇ ਮਹਾਰਾਜ ਬਾਣੀ ਵਿੱਚ ਕੀ ਕਹਿੰਦੇ ਨੇ ਪਰੰਦੇ ਨਾ ਗ੍ਰਹਿ ਜਰ ਦਰਖਤ ਅਬ ਆਸ ਕਰ ਕਦੀ ਪੰਛੀਆਂ ਵੱਲ ਵੇਖਿਆ ਨਾ ਇਹਨਾਂ ਪੰਛੀਆਂ ਧਨ ਜੋੜਿਆ ਨਾ ਆਟਾ ਇਕੱਠਾ ਕੀਤਾ ਏ ਨਾ ਦਾਣੇ ਇਕੱਠੇ ਕੀਤੇ ਨੇ ਜਿੰਨਾ ਕੁਝ ਪੇਟ ਦੇ ਵਿੱਚ ਓਨਾ ਕੁਝ ਇਹਨਾਂ ਦੇ ਕੋਲ ਹੈ ਤੇ ਦਰਖਤਾਂ ਦੀਆਂ ਡਾਲੀਆਂ ਤੇ ਬੈਠੇ ਨੇ ਦੱਸ ਇਹਨਾਂ ਨੂੰ ਰੋਜ਼ ਦੀ ਰੋਜ਼ ਕੌਣ ਗਰਾਹੀਆਂ ਦਿੰਦਾ ਹੈ ਤੂੰ ਅੱਜ ਖਾਧਾ ਏ ਮਹੀਨੋਂ ਵਧੀ ਤੇਰੇ ਕੋਲ ਪ੍ਰਬੰਧ ਹੈ ਤੈਨੂੰ ਫਿਰ ਵੀ ਕੱਲ੍ਹ ਦੀ ਚਿੰਤਾ ਲੱਗੀ ਰਹਿੰਦੀ ਹੈ ਦੱਸ ਇਹਨਾਂ ਨੂੰ ਕੌਣ ਦਿੰਦਾ ਹੈ ਰੱਬ ਜੀ ਦਿੰਦੇ ਜਿਨ੍ਹਾਂ ਭੇਜਿਆ ਉਹਦੀ ਜ਼ਿੰਮੇਵਾਰੀ ਹੈ ਇੱਕ ਰਾਜਾ ਬਹੁਤ ਵੱਡਾ ਮਹਿਲ ਬਣਾ ਰਿਹਾ ਸੀ ਬਹੁਤ ਸਾਰੇ ਮਜ਼ਦੂਰ ਪੱਥਰ ਲਾ ਰਹੇ ਸੀ ਇਹਨੇ ਨੂੰ ਉਹਦੇ ਵਿਦਿਆ ਗੁਰੂ ਮਿਲਣ ਵਾਸਤੇ ਆ ਗਏ ਰਾਜਾ ਆਪਣੇ ਵਿਦਿਆ ਗੁਰੂ ਨੂੰ ਮਹਿਲ ਦਿਖਾਉਂਦਾ ਏ ਤੇ ਨਾਲੇ ਕਹਿੰਦਾ ਏ ਇਹ ਜਿੰਨੇ ਵੀ ਪੱਥਰ ਲਾ ਰਹੇ ਨੇ ਸਾਰਿਆਂ ਦੀ ਰੋਜੀ ਰੋਟੀ ਦੀ ਚਿੰਤਾ ਮੈਂ ਕਰਦਾ ਇਹਨਾਂ ਦੀ ਮੈਂ ਚਿੰਤਾ ਕਰਦਾ ਮੈਂ ਹੀ ਦਿੰਦਾ ਹੁਣ ਵਿਦਿਆ ਗੁਰੂ ਸਿਆਣਾ ਸੀ ਕਹਿੰਦਾ ਰਾਜਨ ਇੱਕ ਪੱਥਰ ਦਾ ਟੁਕੜਾ ਤੇ ਚੁੱਕ ਰਾਜੇ ਨੇ ਚੁੱਕ ਲਿਆ ਇਹਨੂੰ ਤੋੜ ਦੇ ਰਾਜੇ ਨੇ ਪੱਥਰ ਦਾ ਟੁਕੜਾ ਚੁੱਕਿਆ ਤੇ ਚੁੱਕ ਕੇ ਤੋੜ ਦਿੱਤਾ ਹਲਕਾ ਪੱਥਰ ਸੀ ਪੱਥਰ ਦੇ ਵਿੱਚੋਂ ਕੀੜੇ ਨਿਕਲੇ ਪੱਥਰ ਵਿੱਚੋਂ ਕੀੜੇ ਨਿਕਲੇ ਵਿਦਿਆ ਗੁਰੂ ਕਹਿੰਦਾ ਏ ਰਾਜਨ ਇੱਕ ਗੱਲ ਦੱਸ ਜਿਹੜੇ ਪੱਥਰ ਲਾ ਰਹੇ ਨੇ ਉਹਨਾਂ ਨੂੰ ਤੂੰ ਦਿੰਦਾ ਏ ਆ ਜਿਹੜੇ ਪੱਥਰਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਕੌਣ ਦਿੰਦਾ ਹੈ ਜਿਹੜੇ ਪੱਥਰ ਲਾ ਰਹੇ ਨੇ ਉਹਨਾਂ ਦੀ ਤੂੰ ਚਿੰਤਾ ਕਰਦਾ ਹੈ ਆ ਜਿਹੜੇ ਪੱਥਰਾਂ ਦੇ ਵਿੱਚ ਬੈਠੇ ਨੇ ਇਹਨਾਂ ਦੀ ਕੌਣ ਚਿੰਤਾ ਕਰਦਾ ਏ ਇਸ਼ਾਰਾ ਸਾਡੇ ਵੱਲ ਮੈਂ ਨਾ ਚਿੰਤਾ ਕਰਾਂ ਤੇ ਟੱਬਰ ਸਾਰਾ ਹੀ ਭੁੱਖਾ ਮਰ ਜਾਏ ਬੱਚੇ ਮੇਰੀ ਚਿੰਤਾ ਨਾਲ ਪੜ੍ਹ ਲਿਖ ਗਏ ਇਹ ਘਰ ਮੇਰੀ ਚਿੰਤਾ ਨਾਲ ਚੱਲਦਾ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਭੁਲੇਖਾ ਪੈ ਗਿਆ ਬੱਚੇ ਤੇਰੀ ਚਿੰਤਾ ਨਾਲ ਨਹੀਂ ਪੜ੍ਹਦੇ ਜਿੰਨੇ ਵੀ ਜੀਵ ਰੱਬ ਨੇ ਤੇਰੇ ਘਰ ਭੇਜੇ ਨੇ ਸਭ ਦੀ ਰੋਜੀ ਰੋਟੀ ਲਿਖ ਕੇ ਭੇਜੀਏ ਜੋ ਜੋ ਉਹਨਾਂ ਕੋਲੋਂ ਕਰਾਉਣਾ ਏ ਰੱਬ ਜੀ ਕਰਾਈ ਜਾਂਦੇ ਨੇ ਜਿੰਨਾ ਜਿੰਨਾ ਉਹਨਾਂ ਨੂੰ ਦੇਣਾ ਦੇਈ ਜਾਂਦੇ ਨੇ ਤੇਰੀ ਚਿੰਤਾ ਨਾਲ ਕੁਝ ਵੀ ਨਹੀਂ ਹੋ ਰਿਹਾ ਤੇਰੀ ਚਿੰਤਾ ਨਾਲ ਨਹੀਂ ਕੁਝ ਵੀ ਹੋ ਰਿਹਾ ਤੇ ਸਤਸੰਗੀ ਜਦ ਸਾਡੀ ਚਿੰਤਾ ਨਾਲ ਹੋਣਾ ਹੀ ਕੁਝ ਨਹੀਂ ਤੇ ਚਿੰਤਾ ਕਰੀਏ ਕਾਹਦੇ ਲਈ ਸਿਆਣੇ ਲੋਕ ਕਹਿੰਦੇ ਨੇ ਚਿੰਤਾ ਇੱਕ ਗੰਭੀਰ ਰੋਗ ਹੈ ਚਿੰਤਾ ਲਾ ਕੇ ਤੂੰ ਕਈ ਬਿਮਾਰੀਆਂ ਲਾ ਲਈ ਚਿੰਤਾ ਚਿਖਾ ਬਰਾਬਰ ਹੁੰਦੀ ਹੈ ਚਿੰਤਾ ਨਾ ਕਰਿਆ ਗੁਰੂ ਗ੍ਰੰਥ ਸਾਹਿਬ ਵੀ ਆਵਾਜ਼ਾਂ ਦਿੰਦੇ ਨੇ ਸੁਣਿਓ ਸ਼ਰਧਾ ਨਾਲ ਕਹਿੰਦੇ ਚਿੰਤਾ ਛੱਡ ਤੇ ਅਚਿੰਤ ਹੋ ਕੇ ਰਿਹਾ ਜੀਵ ਨੇ ਆਖਿਆ ਮਹਾਰਾਜ
चिंता कोई जान के थोड़ी लाता है, लग जाती है। बहुत कोशिश करता ही फिर ख्याल उधर नू चले जाता है। तो महाराज जुगती दस रहे ने, दवाई भी दे रहे, कहिंदे चिंता का ख्याल भी आवे तो गुरु नानक दे चरणा नाल लग जाया कर, रसना ते वाहेगुरु ले आया कर। वे सारी सारी रात नहीं सौंदा, चिंता का ख्याल भी आवे गुटका चुप ते सुखमणी पढ़ दे। जब तेरी चिंता नाल होना ही कुछ नहीं ते बदना घटना कुछ नहीं, एवें क्यों चिंता करना है? छड़ दे चिंता, चिंता छड़, अचिंत रहो। 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 नानक लाग पाई, नानक लाग पाई, नानक लाग पाई, नानक लाग पाई। चिंता छड़, अचिंत रहो। चिंता छड़, अचिंत रहो। पास जन की अरदास, तू सच्चा साईं, तू रखवाला सदा सदा हो, तू दत्याई। नानक लाग पाई, नानक लाग पाई, नानक लाग पाई, नानक लाग पाई। चिंता छड़, अचिंत रहो। जपो चिंता छड़, अचिंत रहो। चिंता छड़, अचिंत रहो। चिंता छड़, अचिंत रहो। जी जंत सब तेरे आ, तूरे हासमाई, जो दास तेरे की निंदा करे तीस मार पचाई। नानक लाग पाई, नानक लाग पाई, नानक लाग पाई, नानक लाग पाई। चिंता छड़, अचिंत रहो। चिंता छड़, अचिंत रहो। चिंता छड़, अचिंत रहो। जप लो चिंता।
अचिंत रहो। ओ चिंता छाड अचिंत रहो, चिंता छाड अचिंत रहो। नानक लाग पाई, नानक लाग पाई, नानक लाग पाई, नानक लाग पाई। चिंता छाड़ अचिंत रहो, चिंता छाड़ अचिंत रहो, चिंता छाड़ अचिंत रहो, चिंता छाड़ अचिंत रहो। श्री हजूर साहब के मुख पुजारी भाई नानू सिंह एक दिन गुरु गोबिंद सिंह महाराज जी के सुपन दर्शन होए। नानू सिंह गुरुद्वारा नगीना घाट कोई प्यार वाली रूह सिमरन विच जुड़ी गए, ਉਹਨੂੰ ਭੁੱਖ ਲੱਗੀ ਗਈ ਤੇ ਜਾ ਉਹਨੂੰ ਪ੍ਰਸ਼ਾਦਾ ਛਕਾ ਕੇ ਆ। ਹੁਣ ਨਾਨੂ ਸਿੰਘ ਹੋਰਾਂ ਪ੍ਰਸ਼ਾਦੇ ਤਿਆਰ ਕੀਤੇ ਤੇ ਉਹ ਗੁਰਦੁਆਰਾ ਨਗੀਨਾ ਘਾਟ ਚਲੇ ਗਏ। ਪਰ ਗੁਰਦੁਆਰਾ ਸਾਹਿਬ ਵਿੱਚ ਕੋਈ ਨਜ਼ਰ ਨਾ ਆਇਆ। ਤੁਸੀਂ ਦੇਖਿਆ ਪਿੱਛੇ ਨਦੀ ਚੱਲ ਰਹੀ ਹੈ, ਪ੍ਰਸ਼ਾਦੇ ਚੁੱਕੇ ਤੇ ਨਦੀ ਦੇ ਕਿਨਾਰੇ ਕਿਨਾਰੇ ਟੁਰ ਪਏ। ਕੋਈ ਇੱਧਰ ਨਾ ਖੜਾ ਹੋਵੇ ਕੀ ਤੱਕਿਆ, ਉਹ ਸਾਹਮਣੇ ਨਦੀ ਵਿੱਚ ਥੋੜਾ ਥੋੜਾ ਪਾਣੀ ਏ ਤੇ ਥੋੜੇ ਪਾਣੀ ਵਿੱਚ ਪਿਆਰ ਵਾਲੀ ਕੋਈ ਰੂਹ ਖਲੋਤੀ ਸਿਮਰਨ ਕਰ ਰਹੀ ਹੈ। ਸਤਸੰਗੀ ਇਸ ਸਾਖੀ ਦੀ ਆਪਾਂ ਬਰੀਕੀ ਇਹ ਵੀ ਲੈ ਸਕਦੇ ਹਾਂ, ਚਿੰਤਾ ਨਹੀਂ ਕਰਨੀ ਚਿੰਤਨ ਕਰਨਾ ਹੈ। ਇਹ ਤੁਸੀਂ ਚਿੰਤਨ ਕਰ ਰਹੇ ਹੋ, ਉਹ ਜਦੋਂ ਤੂੰ ਚਿੰਤਨ ਕਰਦਾ ਏ ਤੇਰਾ ਰਿਜ਼ਕ ਲੈ ਕੇ ਰੱਬ ਜੀ ਤੇਰੇ ਮਗਰ ਟੁਰ ਪੈਂਦੇ। ਬਾਬਾ ਨੰਦ ਸਿੰਘ ਜੀ ਦੇ ਕੈਸੇ ਬਚਨ ਦੇ, ਉਹ ਜਦੋਂ ਤੂੰ ਚਿੰਤਨ ਵਿੱਚ ਬੈਠਾ ਹੁੰਦਾ ਏ ਗੁਰੂ ਨਾਨਕ ਤੇਰੇ ਕਾਰ ਵਿਹਾਰ ਤੇ ਖਲੋਤੇ ਹੁੰਦੇ। ਉਹ ਸਾਹਮਣੇ ਕੋਈ ਪਾਣੀ ਵਿੱਚ ਖਲੋਤਾ ਸਿਮਰਨ ਕਰਦਾ, ਜਦੋਂ ਨੇੜੇ ਗਏ ਤੇ ਕੀ ਵੇਖਿਆ, ਸੰਤ ਬਾਬਾ ਅਤਰ ਸਿੰਘ ਜੀ ਮਸਤੋਂ ਆਉਣੇ ਵਾਲੇ ਖਲੋਤੇ ਉਹ ਸਿਮਰਨ ਕਰਦੇ। ਕਿਨਾਰੇ ਤੇ ਖਲੋ ਕੇ ਆਵਾਜ਼ ਮਾਰੀ, ਸਤਨਾਮ ਜੀ। ਮਹਾਂਪੁਰਸ਼ ਬਾਹਰ ਆ ਗਏ, ਕਹਿੰਦੇ ਨਾਨੂ ਸਿੰਘਾ ਇੱਕ ਗੱਲ ਤੇ ਮੈਨੂੰ ਦੱਸ, ਤੈਨੂੰ ਕਿਹਨੇ ਦੱਸਿਆ ਮੈਂ ਇੱਥੇ? ਮੈਂ ਤਾਂ ਬੜਾ ਓਹਲੇ ਵਿੱਚ ਖਲੋਤਾ, ਤੈਨੂੰ ਕਿਹਨੇ ਦੱਸਿਆ? ਉਹ ਕਹਿੰਦਾ ਮਹਾਂਪੁਰਸ਼ੋ ਤੁਹਾਨੂੰ ਭੁੱਖ ਲੱਗੀ? ਹਾਂ ਬਈ ਭੁੱਖ ਤੇ ਮੈਨੂੰ ਲੱਗੀ। ਕਹਿੰਦਾ ਜਿਹਦੇ ਚਿੰਤਨ ਵਿੱਚ ਜੁੜੇ ਹੋ ਉਹਨੂੰ ਚਿੰਤਾ ਹੋ ਗਈ ਏ, ਤੁਹਾਨੂੰ ਭੁੱਖ ਲੱਗੀ ਏ ਤੇ ਮੈਂ ਪ੍ਰਸ਼ਾਦਾ ਲੈ ਕੇ ਆਇਆ। ਤੂੰ ਚਿੰਤਨ ਵਿੱਚ ਜੁੜ, ਉਹ ਗੁਰੂ ਨਾਨਕ ਹਰ ਲੋੜ ਤੇਰੀ ਪੂਰੀ ਆਪ ਕੋਲ ਕੋਲ ਕੇ ਕਰਾਉਂਦੇ ਨੇ। ਮੈਂ ਪ੍ਰਸ਼ਾਦਾ ਲੈ ਕੇ ਆਇਆ। ਸਤਸੰਗੀ ਮਹਾਂਪੁਰਸ਼ ਤੇ ਹੋਰ ਵੀ ਅਗਾਂਹ ਦੀ ਗੱਲ ਕਰਦੇ ਨੇ, ਕੀ ਕਹਿੰਦੇ? ਕਹਿੰਦੇ ਨਾਨੂ ਸਿੰਘਾ ਓਏ ਉਸ ਰੱਬ ਜੀ ਦੀ ਜ਼ਿੰਮੇਵਾਰੀ ਏ ਜਿੰਨੇ ਵੀ ਜੀਵ ਧਰਤੀ ਤੇ ਭੇਜੇ ਨੇ ਕੋਈ ਕਿਤੇ ਵੀ ਜਾ ਕੇ ਬਹਿ ਜਾਵੇ ਰੱਬ ਜੀ ਉਹਦਾ ਬਣਦਾ ਰਿਜਕ ਉੱਥੇ ਹੀ ਪਜਾ ਦਿੰਦੇ। ਸਤਸੰਗੀ ਫਿਰ ਅਸੀਂ ਕਾਹਨੂੰ ਚਿੰਤਾ ਕਰੀਏ? ਅਸੀਂ ਤੇ ਚਿੰਤਨ ਕਰਨਾ ਹੈ,
जो होना हो जाना, अस जिथे मर्जी चलीए उ कुछ करना है, जो उन्हें कराना है जिथे मर्जी चले जाइए, जिन्ना मिलना उन्ना मिलना। एक पंक्ति मैं तुहानू सुनावां, कई बार सुनी पर पता नहीं केड़ी पंक्ति ने कदों हिरदे ते थाओ कर दी। चिंता ताकी की दिए जो अनहोनी होए, वो चिंता ताकी की दिए। चिंता ता उस गल भी करिए जिहड़ी साडे नाल अनहोनी होनी होवे। अनहोनी की है? होनी नहीं सी चाहीदी, हो गई। इह गल होनी नहीं सी चाहीदी, हो गई, इहनू कहिंदे अनहोनी। पर गुरु ग्रंथ साहिब जी की कहिंदे? कहिंदे रब किसे नाल भी अनहोनी करदा ही नहीं। रब किसे नाल अनहोनी नहीं करदा। जिन्ना सानू मिलिया सानू इन्ना ही मिलना सी। जो कुछ असी कर रहे हाँ असी इहो ही कुछ करना सी, इहो ही होनी है। जो असी कर रहे हैं असी इहो कुछ ही करना सी, इह होनी है। अनहोनी तां रब किसे नाल करदा ही नहीं, ते फिर चिंता कादे लई करनी। एक पंक्ति मैं होर सुना देना। कई बार सानू चिंता लग जावे ना ते असी सोचते हाँ भी ओ बंदा उहदी बड़ी बाकवीत है, वह मैनू इस चिंता चो बाहर कढ़े, फलाना मेरा रिश्तेदार बड़ा धनवान है, उहने मैनू कढ़ देना इहदे विचों। ते महाराज की कहिंदे ने? ना करे आस मीत सुत पाई, ना करे आस किसे शा व्यवहारी की पराई। चिंता दा बद्या झूठी आस रख के ना किसे तनवान बाकवीत वाले रिश्तेदार दे मगर टुरिया कर। क्यों? जो रब जी ने करना है उदो उरे परे कुछ भी नहीं होना। यह दुनिया कितने अमीरां दी चलाई थोड़ी, बाकवीत वालियां दी चलाई थोड़ी चलती है, रिश्तेदारां दी चलाई नहीं चलती, रब जी चलाउंदे ने। चिंता दा बद्या ना झूठी आस रख के छावां ते अमीरां मगर टुरिया कर। जो होना हो जाना है, आस रखनी तां वाहिगुरु ते रख दे। फिर सुने जी पंक्ति सुनावा। ना करी आस मीत सुत पाई, हो ना कर आस किसे शा व्यवहारी की पराई। बिन हर नामे को बेली नाही, हर जपिए सारग पानी है। इसलिए महाराज कहते ने चिंता छड अचिंत रहो, चिंता छड अचिंत रहो, जपो सारे चिंता छड चिंत रहो, चिंता छाट चिंत रहो। नानक लाग पाई, नानक लाग पाई, नानक लाग पाई, नानक लाग चिंता छड अचिंत रहो, चिंता छड अचिंत रहो।
नानक लाग पाई, नानक लाग पाई, नानक लाग पाई, नानक लाग पाई। चिंता छड अचिंत रहो, चिंता छड अचिंत रहो, चिंता छड अचिंत रहो, सुमरो चिंता छड अचिंत रहो। वाहे गुरु वाहे गुरु वाहे गुरु, 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 वाहे गुरु वाहे गुरु वाहे गुरु। ओ चिंता छड अचिंत रहो, ना कर चिंत चिंता है करते, ना कर चिंत चिंता है करते, जिना कर चिंत चिंता है करते, ना कर चिंत चिंता है करते, ना कर चिंत चिंता है करते। आओ समाधियां लायो, अजे कुछ मिनट बाकी ने, 10 मिनट की हाजरी होर, एकाग्रता बढ़ायो। अजे समाप्ति नहीं, उठन वाले नूं मैं बेनती करा। आ जो मन दियां बिरतियां उत्थे ले जाएगी चिंता ते महाराज सोझी बंदे ने। हो चिंता छड अचिंत रहो, अचिंत रहो। साडियां चिंता दे कारण भी बहुत ने। एक इहो जी चिंता महाराज कहते भी ये तेरी एवें जी चिंता है, वो कि चिंता इंज लगता है सतगुरु साडा सुभा चंगी तरह जानते हैं। वो चिंता है अज जीव नू अपने दुखा की इन्नी चिंता नहीं जिन्नी दूजे के सुखा की चिंता हो जाती। लोग कई बार दूजे के सुखों की चिंता ला लें, सारी सारी रात नहीं सौंदा कि फलाने के बच्चे बड़े गहने विच ने, उहदी दुनिया विच इज्जत बहुत है, जां इंज कह लईए वह काम वह धन वह वडियाई मैनू मिलनी चाहिए गे कि मेरा दूजा रिश्तेदार भरा ना लै जाए, पैंदे ने ना झगड़े, वो काम मैनू मिलना चाहिए, वो वडियाई मैनू मिलनी चाहिए कि दूजा रिश्तेदार मित्र भरा ना लै जाए। तो महाराज की कहते बाणी में, वो कहते रब इना भोला थोड़ी, तेरे हिस्से का काम तेरे हिस्से का धन तेरे हिस्से की वड्याई किसी होर नूं दे देगा, रब एडा भोला नहीं, तू ना चिंता करिया कर भी तेरा हिस्सा किसी होर नूं दे देगा, तेरा हिस्सा कोई भी नहीं ले जा सकता। छोटी जी उदाहरण इस चिंता ते, दो साधु उन्हां दा बड़ा सीधा जिहा सुभा, वह जंगलों में सिमरन करते, जदों भुख लगनी तो पिंड आना तो प्रशादा मंग के खा लैना,
अज जदों पिंड विच आए ना अगों आंदिया उन्होंने कुत्ते पै गए नाल जिहड़ा सेवक है वो कहिंदा अज ये कुत्ते सानू भुखिया ही रखणगे अज नहीं प्रशादा मिलना साधु पूरा सी कहिंदा नहीं इस तरह थोड़ी हुंदा है देण वाला रब होवे ते खो के कुत्ते लै जाने किवें हो सकदा है हां जे रब जी ने नहीं देना फिर एवें इन्हां कुत्तियां ने विच बहाना बन जाना है सच्ची इन्ने नूं इक बिरध माता आउंदी कुत्तियां दे सिर विच दो दो चार चार सोटे मारदी साधुआं नूं कहिंदी भोजन मेरे घरे खाओ इह ते इक उदाहरण है हिस्सा होवे तेरा देण वाले होण रब जी क्योंकि कई बार आपां कहिंदे आं ओ फलाने रिश्तेदार की बड़ी चिंता वो मेरा काम ना बगाड़ दे उस बंदे की मैनू बहुत चिंता है हिस्सा होवे तेरा देण वाले होण रब जी वो जे विच तीजा बंदा कोई सियाणप भी करता है रब जी उन्हें कुत्तियां दे वांग मार के परे कर देंदे ने तेरा हिस्सा तेरी झोली विच पा देंदे ये भी चिंता छड दे मेरे हिस्से का काम मेरे हिस्से का धन मेरे हिस्से की बड़ियाई कोई दूजा ना लै जाए कोई भी नहीं ले जा सकता आखिरी वचन बाबा नंद सिंह जी दे वो कहिंदे चिंता ही करदा रहना है कदी चेता भी कर लिया चिंता बहुत करदा है चेता तो कदी भी नहीं करदा कि ऐ सतगुरु जी मैं किन्नी वारी तुहाडे कोलों दातां लै के वैदे कर करके मुकर गया चिंता बहुत करदा है तू चेता नहीं करदा चेता कर लिया कर ऐ सतगुरु जी तुसी मैनू आखिया जदों नेक कमाई घर विच आउंदी दसवां हिस्सा कढ के गुरु दी कोलक गरीब गुरबे दे मूंह पा चेता कर कमाई घर आईए कदी कढ़िया दसवां हिस्सा चिंता बहुत करदा है जिहदे नाल बनना ही कुछ नहीं चेता नहीं तू करदा चेता कर लिया कर तुसी मैनू आखिया है भी 24 घंटिया विच ढाई पौने 3 घंटे जरूर उहदी याद विच जुड़िया कर तू तो सारा ही समा काम विच ला दिंदा है चिंता नहीं करनी चिंतन करना है फिर ते अंत विच धारणा ला लईए तुरकी बाणी आई तिन सगली चिंत मिटा तुरकी बाणी आई तिन सगली चिंत मिटाई तुरकी बाणी आई तिन सगली चिंत मिटाई तुरकी बाणी आई तिन सगली चिंत मिटाई तिन सगली चिंत मिटाई तिन सगली चिंत मिटाई तिन सगली चिंत मिटाई तुरकी बाणी आई तिन सगली चिंत मिटाई तुरकी बाणी आई तिन सगली चिंत मिटाई परमेश्वर दित्ता बन्ना दुख रोग कटेरा पन्ना आनंद करे नर नारी हर हर प्रभु कृपा तारी हर हर प्रभु कृपा
की बाणी आई, तिन सगले चिंत मिटाई। तुर की बाणी आई, तिन सगले चिंत मिटाई। संतो सुख हुआ सब थाई, संतो सुख हुआ सब थाई। पार ब्रह्म पूरन परमेश्वर, पार ब्रह्म पूरन परमेश्वर। रव रे असवनी जाई, रव रे असवनी जाई। दयाल पुरख मेहरबाना, हर नानक साच बखाना, हर नानक साच बखाना। तुर की बाणी आई, तिन सगले तिंत मिटाई। तुर की बाणी आई, तिन सगले तिंत मिटाई। तुर की बाणी आई, तिन सगले चिंत मिटाई। तिन सगले तिंत मिटाई, तिन सगले चिंत मिटाई। तिन सगले चिंत मिटाई, की बाणी आई, तिन सगले तिंत मिटाई। गुरु की बाणी आई, तिन सगले चिंत मिटाई। गुरु की बाणी आई, तिन सगले तिंत मिटाई। गुरु की बाणी आई, सगले तिंत मिटाई। वाहे गुरु, वाहे गुरु, वाहे गुरु, वाहे गुरु, वाहे गुरु, वाहे गुरु। Oh,